सब्सक्राइब कीजिए हमारे YouTube चैनल सेव इन्फो को जॉब्स और इन्फॉर्मेशन की वीडियो सबसे पहले देखने के लिए, और साथ ही बेल के बटन को आपने ऑन कर लेना जिससे आपको हर एक नोटिफिकेशन समय से मिलती रहे। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਗੁਰਸੇਵਕ ਜੀ। ਤਾਂ ਸਾਡੇ ਯੂਟਿਊਬ ਚੈਨਲ ਸੇਵ ਕੋਨ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਹਾਂ। ਤਾਂ ਦੋਸਤੋ, ਜਿਨ੍ਹਾਂ ਨੂੰ ਕਾਫੀ ਚਿਰ ਤੋਂ ਕੀ ਤੁਹਾਨੂੰ ਇੰਤਜ਼ਾਰ ਦੀ ਪੰਜਾਬ ਪੁਲਿਸ ਦੀ ਭਰਤੀ ਕਦੋਂ ਆਉਣੀਆਂ, ਤਾਂ ਉਹ ਇੰਤਜ਼ਾਰ ਦੀਆਂ ਤੁਹਾਡੀਆਂ ਦੋਸਤੋ ਹੁਣ ਖਤਮ ਹੋਣ ਜਾ ਰਹੀਆਂ ਨੇ। ਜੋ ਪੰਜਾਬ ਪੁਲਿਸ ਦੀ ਭਰਤੀ ਦੋਸਤੋ ਹਾਈ ਕੋਰਟ ਵੱਲੋਂ ਕੀ ਆ ਆਰਡਰ ਹੋ ਚੁੱਕੇ ਨੇ ਕਿ ਬਹੁਤ ਹੀ ਜਲਦ ਭਰਤੀ ਹੋਣ ਵਾਲੀ ਹੈ। ਜਦੋਂ ਵੀ ਕੋਈ ਨੋਟੀਫਿਕੇਸ਼ਨ ਤਾਂ ਦੋਸਤੋ ਹੋਊਗਾ ਤਾਂ ਤੁਹਾਡੇ ਲਈ ਮੈਂ ਉਸ ਦਾ ਪੂਰੀ ਇਨਫੋਰਮੇਸ਼ਨ ਤੁਹਾਨੂੰ ਹੋਰ ਦੇਵਾਂਗਾ ਦੋਸਤੋ, ਜਦੋਂ ਵੀ ਨੋਟੀਫਿਕੇਸ਼ਨ ਪੂਰਾ ਮਿਲੂਗਾ। ਤਾਂ ਅੱਜ ਇੱਕ ਤੁਹਾਡੇ ਲਈ ਹਾਜ਼ਰ ਹੋਇਆ ਇੱਕ ਨਿਊਜ਼ ਅਖਬਾਰ ਦੀ ਨਿਊਜ਼ ਦੀ ਕਟਿੰਗ ਲੈ ਕੇ ਦੋਸਤੋ। ਤਾਂ ਉਹਦੇ ਵਿੱਚ ਦੱਸਿਆ ਗਿਆ ਹੈਗਾ ਜੋ ਕਾਂਸਟੇਬਲ ਦੀਆਂ ਕਿੰਨੀਆਂ ਅਸਾਮੀਆਂ ਨੇ, ਹੈੱਡ ਕਾਂਸਟੇਬਲ ਦੀਆਂ ਦੋਸਤੋ ਕਿੰਨੀਆਂ ਅਸਾਮੀਆਂ ਨੇ, ਤਾਂ ਤੁਹਾਨੂੰ ਉਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਊਗੀ। ਤਾਂ ਅੱਜ ਗੱਲ ਕਰਾਂਗੇ ਦੋਸਤੋ, ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਗੁਜ਼ਾਰਿਸ਼ ਹੈ ਜੀ ਕਿ ਤੁਸੀਂ ਜੋ ਫਸਟ ਟਾਈਮ ਮੇਰੇ ਚੈਨਲ ਨੂੰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ, ਜਿਸ ਦੇ ਵਿੱਚ ਕਿ ਅਸੀਂ ਸਰਕਾਰੀ ਨੌਕਰੀਆਂ ਜੋ ਕਿ ਹਰ ਰੋਜ਼ ਨਿਕਲਦੀਆਂ ਨੇ ਪੰਜਾਬ ਸਰਕਾਰ ਵੱਲੋਂ, ਚਾਹੇ ਸਰਕਾਰੀ ਹੋਣ ਚਾਹੇ ਪ੍ਰਾਈਵੇਟ ਕਿਸੇ ਫੀਲਡ ਦੇ ਵਿੱਚ ਹੋਣ ਦੋਸਤੋ, ਉਹ ਲੈ ਕੇ ਤੁਹਾਡੇ ਲਈ ਮੈਂ ਹਾਜ਼ਰ ਹੁੰਦਾ ਹਾਂਗਾ। ਤਾਂ ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਜੋ ਤੁਸੀਂ ਦੇਖ ਸਕਦੇ ਹੋ ਕਿ CBI ਦੀ ਤਰ੍ਹਾਂ ਪੰਜਾਬ ਦੇ ਵਿੱਚ ਕਿ ਜੰਜ ਬਿਊਰੋ ਬਣੇਗਾ ਜੀ, ਜਿਸ ਨੇ ਕੀ ਆ 4251 ਯਾਨੀ ਕਿ 4251 ਅਸਾਮੀਆਂ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਨਿਊਜ਼ ਦੀ ਜੋ ਕਾਟਿੰਗ ਆ ਤੁਹਾਡੇ ਲਈ ਮੈਂ ਸਾਂਝੀ ਕਰ ਰਿਹਾ ਹੈਗਾ। ਚਲੋ ਆਪਾਂ ਦੇਖਦੇ ਹਾਂ ਦੋਸਤੋ ਕੀ ਇਹ ਅਖਬਾਰ ਦੀ ਜੋ ਕਾਟਿੰਗ ਆਈ ਹੈ, ਨਿਊਜ਼ ਆਈ ਹੈਗੀ, ਪੜ੍ਹ ਕੇ ਦੇਖਦੇ ਹਾਂ ਦੋਸਤੋ ਕੀ ਕਿੰਨੀਆਂ ਅਸਾਮੀਆਂ ਨੇ, ਕਾਂਸਟੇਬਲ ਦੇ ਕਿੰਨੀਆਂ, ਸਬ ਇੰਸਪੈਕਟਰ ਦੇ ਕਿੰਨੀਆਂ ਨੇ। ਤਾਂ ਪੂਰੀ ਜਾਂਚ ਆਪਾਂ ਦੇਖਦੇ ਹਾਂ ਦੋਸਤੋ, ਪੜ੍ਹ ਕੇ ਦੇਖਦੇ ਹਾਂ ਸਾਂਝੀ ਕਰਦਾ। ਤਾਂ ਤੁਸੀਂ ਦੇਖ ਸਕਦੇ ਹੋ ਸੁਪਰੀਮ ਕੋਰਟ ਦੇ ਹੁਕਮਾਂ ਦੀ ਲੀਹ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਜਾਂਚ ਬਿਊਰੋ ਬਿਊਰੋ ਆਫ ਦਾ ਇਨਵੈਸਟੀਗੇਸ਼ਨ ਲਈ 4251 ਨਵੀਆਂ ਅਸਾਮੀਆਂ ਸਿਰਜਣ ਦੀ ਜੋ ਪ੍ਰਵਾਨਗੀ ਦੇ ਦਿੱਤੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਜੀ ਜੋ ਪ੍ਰਵਾਨਗੀ ਦੇ ਦਿੱਤੀ ਹੈ ਕਿ ਸੂਬੇ ਦੀ ਪੁਲਿਸ ਫੋਰਸ ਨੇ ਪੂਰਨ ਢਾਂਚੇ ਦੇ ਉਦੇਸ਼ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਹੋਰ ਪ੍ਰਭਾਵੀ ਬਣਾਉਣਾ ਹੈ, ਤਾਂ ਸਮੇਂ ਸਿਰ ਜਾਂਚ ਨਿਪਟਾ ਕੇ ਅਪਰਾਧੀ ਨੂੰ ਅੱਗੇ ਸਜ਼ਾ ਯਕੀਨੀ ਬਣਾਈ ਜਾ ਸਕੇ। ਪੁਨਰ ਢਾਂਚੇ ਤਹਿਤ SPG ਦੀਆਂ ਯਾਨੀ ਕਿ 28 ਅਸਾਮੀਆਂ, DSPG ਦੀਆਂ ਤੁਸੀਂ ਦੇਖ ਸਕਦੇ ਹੋਗੇ 108 ਅਸਾਮੀਆਂ ਤੋਂ ਇਲਾਵਾ ਸਬ ਇੰਸਪੈਕਟਰਾਂ ਦੀਆਂ 164, ਸਬ ਇੰਸਪੈਕਟਰਾਂ ਦੀਆਂ 593 ਅਤੇ ASI ਦੀਆਂ 1140 ਅਤੇ ਹੈੱਡ ਕਾਂਸਟੇਬਲ ਦੀਆਂ 1158 ਅਤੇ ਕਾਂਸਟੇਬਲ ਦੀਆਂ ਦੀ ਗੱਲ ਕੀਤੀ ਜਾਵੇ ਜੀ 377 ਅਸਾਮੀਆਂ ਦੀ ਜੋ ਸਿਰਜੀਆਂ ਜਾਣਗੀਆਂ। ਤਾਂ ਇਹ ਸਨ ਜੀ ਅਸਾਮੀਆਂ, ਤੁਸੀਂ ਦੇਖ ਸਕਦੇ ਹੋ ਜੋ ਕਾਂਸਟੇਬਲ ਦੇ ਕਿੰਨੇ ਹਨ ਅਤੇ ਸਬ ਇੰਸਪੈਕਟਰ ਦੇ ਕਿੰਨੇ ਜੀ, ਠੀਕ ਹੈ। ਤਾਂ ਇਹ ਅਸਾਮੀਆਂ ਇਸੇ ਤਰ੍ਹਾਂ ਜੋ ਕੀ ਹੈ ਪੋਸਟਾਂ ਹਨ ਜੀ, ਇਹ ਮਤਲਬ ਇਸੇ ਤਰ੍ਹਾਂ ਮਿਲਟਰੀ ਕਾਡਰ ਦੀਆਂ ਜੋ 159 ਅਸਾਮੀਆਂ ਦੀ ਰਚਨਾ ਕੀਤੀ ਜਾਵੇਗੀ, ਜਦਕਿ ਸਹਾਇਕ ਸਿਵਿਲੀਅਨ ਸਟਾਫ ਲਈ 798 ਸਿਰਜੀਆਂ ਜਾਣਗੀਆਂ। ਤਾਂ ਦੋਸਤੋ ਜੋ ਅੱਜ ਦਾ ਆਪਣਾ ਮੇਨ ਕਨਸੈਪਟ ਸੀਗਾ, ਜੋ ਅੱਜ ਦੀ ਨਿਊਜ਼ ਦੇ ਪੇਪਰ ਦੀ ਐਡ ਆਈ ਸੀ ਜੀ, ਤੁਹਾਡੇ ਲਈ ਮੈਂ ਡਿਸਕਸ ਕਰਨ ਲਿਆ ਸੀਗਾ ਕਿ ਪੰਜਾਬ ਪੁਲਿਸ ਦੀ ਜੋ ਹਾਈ ਕੋਰਟ ਵੱਲੋਂ ਜੀ ਆਪਣੇ ਆਰਡਰ ਹੋ ਚੁੱਕੇ ਨੇ ਕਿ ਇਹ ਭਰਤੀ ਬਹੁਤ ਹੀ ਜਲਦ ਆਉਣ ਵਾਲੀ ਆ, ਤਾਂ ਉਹਨਾਂ ਵੀਰਾਂ ਲਈ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਆ ਜੀ, ਜੋ ਕਾਫੀ ਚਿਰ ਤੋਂ ਕੀ ਆ ਪੰਜਾਬ ਪੁਲਿਸ ਦੀ ਭਰਤੀ ਦਾ ਇੰਤਜ਼ਾਰ ਕਰੇ ਸੀ। ਤਾਂ ਦੋਸਤੋ ਹੁਣ ਤੁਹਾਡਾ ਕੀ ਆ ਸਮਾਂ ਲਵੇ ਲੱਗ ਚੁੱਕਿਆ ਹੈਗਾ, ਤੁਹਾਡੀ ਵੀਡੀਓ ਆਪਣੀ ਤੁਸੀਂ ਤਿਆਰੀ ਆ ਬਰਕਰਾਰ ਰੱਖਣੀ ਆ ਜੀ, ਤਾਂ ਮਤਲਬ ਉਹ ਸਮਾਂ ਹੁਣ ਲਵੇ ਆ ਚੁੱਕਾ ਹੈ। ਤਾਂ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਜੋ ਕੀ ਆ ਆਪਣੇ ਵੀਰਾਂ ਫਰੈਂਡਾਂ ਤੱਕ, ਦੋਸਤੋ ਜੋ ਜੜ ਮਿੱਤਰ ਨੇ ਉਹਨਾਂ ਤੱਕ, ਜੋ ਵੀ ਕਾਫੀ ਚਿਰ ਤੋਂ ਇੰਤਜ਼ਾਰ ਕਰੇ ਸੀ ਉਹਨਾਂ ਤੱਕ ਇਹ ਮੈਸੇਜ ਲੱਗ ਸਕੇ। ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਨਾਲ ਹੀ ਦੋਸਤੋ ਆਪਣਾ ਪਿਆਰਾ ਜਿਹਾ ਇੱਕ ਲਾਈਕ ਕਰ ਦਿਓ। ਤੁਹਾਡਾ ਜੇ ਕੋਈ ਸਵਾਲ ਆ ਦੋਸਤੋ, ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ ਜੀ। ਇੱਦਾਂ ਦੀ ਵੀਡੀਓ ਦੇਖਣ ਲਈ ਦੋਸਤੋ ਤੁਹਾਡੇ ਲੱਗ ਜੋ ਵੀ ਕੋਈ ਆਉਂਦੀ ਆ ਦੋਸਤੋ ਇਨਫੋਰਮੇਸ਼ਨ, ਮੈਂ ਤੁਹਾਡੇ ਲਈ ਹਾਜ਼ਰ ਹੁੰਦਾਗਾ। ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਨਾਲ ਹੀ ਬੈਲ ਦੇ ਬਟਨ ਨੂੰ ਪ੍ਰੈਸ ਜ਼ਰੂਰ ਕਰ ਦਿਓ, ਜਿਸ ਨਾਲ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇਗਾ। ਤਾਂ ਤਦ ਤੱਕ ਦੋਸਤੋ ਗੁੱਡ ਬਾਏ, ਮਿਲਦਾ ਦੋਸਤੋ ਕੋਈ ਨਵੀਂ ਵੀਡੀਓ ਤੱਕ, ਤਾਂ ਦੋਸਤੋ ਗੁੱਡ ਬਾਏ।